ਹੁਣ ਜਿਹੜੀ ਫੀਮ ਹੈ ਮੈਂ ਕਹਣਾ ਜਿਹੜਾ ਫੀਮ ਖਾਂਦਾ ਉਹਨੂੰ ਕਦੇ ਹਾਰਟ ਅਟੈਕ ਨਹੀਂ ਆਉਂਦਾ ਪਰ ਖਾਣੀ ਲਿਮਟ ਦੇ ਵਿੱਚ ਆ ਇਹ ਨਹੀਂ ਹੈਗਾ ਵੀ ਡੇਲੀ ਉੱਠ ਕੇ ਗੋਲੀ ਬਣਾ ਕੇ ਲੈ ਲਓ ਉਹ ਤਾਂ ਤੁਸੀਂ ਆਪਣਾ ਹਾਰਟ ਜਾਮੇ ਕਰ ਦੇਣਾ ਫਿਰ ਉਹ ਤਾਂ ਨਾੜੀਆਂ ਜਾਮੇ ਕਰ ਦੋਗੇ ਤੁਸੀਂ ਡੇਲੀ ਖਾਓਗੇ ਜੇ ਖਾਣੀਓ ਦਵਾਈ ਦੇ ਤੌਰ ਤੇ ਆ ਫਿਰ ਤਾਂ ਤੁਹਾਨੂੰ ਬਿਮਾਰੀ ਲੱਗਣੇ ਨਹੀਂ ਦੇਣੀ ਉਹ ਤਾਂ ਬਚੇਰਾ ਰਹੂਗਾ ਲਾਲ ਖੜਿਆ ਰਹੂਗਾ ਕਈ ਹੁੰਦੇ ਨੇ ਜਿਵੇਂ ਨਸ਼ਾ ਛੱਡਣੇ ਨਹੀਂ ਚਾਹੁੰਦੇ ਹੁੰਦੇ ਕਈ ਸ਼ਖਸ ਹੁੰਦੇ ਨੇ ਕਿ ਨਸ਼ਾ ਛੱਡਣ ਦੀ ਮਾਨਸਿਕਤਾ ਨੇ ਉਹਨਾਂ ਦੀ ਬਣੀ ਹੁੰਦੀ ਪਰ ਜਿਹੜੇ ਪਰਿਵਾਰ ਵਾਲੇ ਹੁੰਦੇ ਜਾਂ ਫਿਰ ਉਹਦੀ ਜਿਹੜੀ ਵਾਈਫ ਹੁੰਦੀ ਹੈਗੀ ਉਹ ਨਸ਼ਾ ਚ ਤਾ ਬਿਨਾ ਉਹਨੂੰ ਦੱਸੇ ਵੀ ਇਹ ਸ਼ਰਾਬ ਛੱਡਣ ਦੀ ਦਵਾਈ ਹੈ ਜਾਂ ਫਿਰ ਨਸ਼ਾ ਛੱਡਣ ਦੀ ਦਵਾਈ ਹੈ ਉਹ ਨਸ਼ਾ ਛੱਡ ਸਕਦਾ ਪੁਰਾਣੇ ਸਮੇਂ ਜਿਹੜੇ ਬਜ਼ੁਰਗ ਸੀਗੇ ਉਹ ਘਰ ਦੀ ਸ਼ਰਾਬ ਵਗੈਰਾ ਬਣਾਉਂਦੇ ਸੀਗੇ ਉਹ ਕਿੰਨੇ ਮਸਾਲੇ ਦੇਖੋ ਪਾਉਂਦੇ ਸੀਗੇ ਜਿਹੜੇ ਦੇਸੀ ਆ ਕਿੰਨੀਆਂ ਜੜੀਆਂ ਬੂਟੀਆਂ ਬਾਗੋਂ ਇੱਕ ਤਾਕਤ ਦਾ ਅਰਕ ਕੱਢਦੇ ਸੀਗੇ ਹੁਣ ਤਾਂ ਸਾਰਾ ਹੀ ਕੈਮੀਕਲਾਂ ਦਾ ਅਰਕ ਕੱਢਿਆ ਹੋਇਆ ਹੈ ਉਹ ਕੈਮੀਕਲ ਪਲਾਈ ਜੰਨੇ ਉਹਦੇ ਨਾਲ ਨੌਜਵਾਨਾਂ ਦੀਆਂ ਲੱਤਾਂ ਟੁੱਟਣੀਆਂ ਸਰੀਰ ਲੀਵਰ ਦੇਖੋ ਹਰੇਕ ਜਿਹੜੇ ਪੀਨੇ ਆ ਸ਼ਰਾਬ ਪੀਨੇ ਆਮ ਹਰੇਕ ਦਾ ਲੀਵਰ ਖੱਟੀ ਆ ਰਿਹਾ ਜਿਹੜੇ ਅੱਜ ਕੱਲ ਦੇ ਜਿਹੜੇ ਸਿੰਥੈਟਿਕ ਨਸ਼ੇ ਚੱਲੇ ਹੋਏ ਨੇ ਕਿ ਜਿਵੇਂ ਆਪਾਂ ਚਿੱਟੇ ਦੀ ਗੱਲ ਕਰ ਲਈ ਇੱਕ ਮੇਰੇ ਖਿਆਲ ਨਾਲ ਗੋਲੀ ਬੜੀ ਅੱਜ ਕੱਲ ਚੱਲ ਰਹੀ ਹੈ ਕਿ ਜੀਬ ਦੇ ਥੱਲੇ ਵਾਲਾ ਉਹ ਤਾਂ ਮੇਰੇ ਖਿਆਲ ਨਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਫ੍ਰੀ ਮਿਲਣ ਲੱਗ ਗਿਆ ਅੱਜ ਕੱਲ ਤਾਂ ਪੰਜਾਬ ਦੇ ਜੇਕਰ ਆਪਾਂ ਗੱਲ ਕਰ ਲਈਏ ਹਾਂ ਉਹ ਉਹ ਵੀ ਫਿਰ ਕਿਤਨਾ ਕਿਤੇ ਰੋਲ ਅਦਾ ਕਰਦੇ ਨੇ ਕਿ ਆ ਇਸ ਮਤਲਬ ਦਲਦਲ ਦੇ ਵਿੱਚ ਧਕੇੜਨ ਦਾ ਨੌਜਵਾਨਾਂ ਨੂੰ ਮੈਨੂੰ ਇੱਕ ਵੀ ਬੰਦਾ ਲਿਆ ਕੇ ਦਿਖਾ ਦਿਓ ਪੂਰੇ ਪੰਜਾਬ ਦੇ ਵਿੱਚੋਂ ਵੀ ਐਸ ਬੰਦੇ ਨੇ ਜੀਭ ਥੱਲੇ ਵਾਲੀ ਗੋਲੀ ਦੇ ਨਾਲ ਆਪਣਾ ਜੀਵਨ ਸਹੀ ਕਰ ਲਿਆ ਆਪਣੇ ਜੀਵਨ ਨੂੰ ਸਿੱਧੇ ਰਾਹ ਤੇ ਪਾ ਲਿਆ ਉਹ ਤਾਂ ਯਾਰ ਚਿੱਟੇ ਨਾਲੋਂ ਵੀ ਵੱਧ ਖਤਰਨਾਕ ਹੈ ਉਹ ਤਾਂ ਕਹਿ ਲੋ ਵੀ ਤੁਸੀਂ 35 35 ਸਾਲ ਦੀਆਂ ਮਾਵਾਂ ਦੇ ਸਿਰਾਂ ਤੇ ਚਟੀਆਂ ਚਟੀਆਂ ਚੁੰਨੀਆਂ ਲਿਆਤੀਆਂ ਉਸ ਸੀਜ਼ਨ ਇੱਕ ਤਾਂ ਕੁਦਰਤੀ ਚੀਜ਼ ਐ ਮੰਨ ਲਓ ਫੀਮ ਐ ਜਾਂ ਭੁੱਕੀ ਐ ਕੁਛ ਵੀ ਐ ਉਹਨੂੰ ਤੁਸੀਂ ਲਿਮਟ ਮਾਤਰਾ ਦੇ ਵਿੱਚ ਖਾਣੇ ਉਹ ਕੁਦਰਤੀ ਐ ਜਿਵੇਂ ਕਣਕ ਵੀਦਿਆਂ ਝੋਨਾ ਵੀਦਿਆਂ ਉਦਾਂ ਹੀ ਉਹ ਖੇਤਾਂ 'ਚ ਬੀਜੀ ਜਾਂਦੀ ਐ ਠੀਕ ਐ ਜੀ ਹੁਣ ਤੁਸੀਂ ਇੱਕ ਆਪਣੇ ਹੱਥੀਂ ਕੈਮੀਕਲ ਤਿਆਰ ਕਰ ਲਿਆ ਚਾਹੇ ਕੋਈ ਇੰਜੈਕਸ਼ਨ ਐ ਚਾਹੇ ਕੋਈ ਗੋਲੀ ਐ ਉਹਨੂੰ ਤੁਸੀਂ ਕਿੱਦਾਂ ਕਿੱਦਾਂ ਕਹਿ ਦੋਗੇ ਵੀ ਉਹ ਸਹੀ ਐ ਠੀਕ ਹੈ ਉਹ ਇੱਕ ਦਿਮਾਗ ਨੂੰ ਤੁਹਾਡੇ ਨੂੰ ਸੁੰਨ ਕਰ ਰਹੀ ਹੈ ਤੁਹਾਡੇ ਦਿਮਾਗ ਨੂੰ ਨਸ਼ਾ ਦੇ ਰਹੀ ਹੈ ਤੁਹਾਡੇ ਦਿਮਾਗ ਨੂੰ پاگل ਬੁੱਝ ਬਣਾ ਕੇ ਰੱਖ ਰਹੀ ਹੈ ਉਹਨੂੰ ਕਿਵੇਂ ਕਹਿ ਸਕਦੇ ਹੋ ਵੀ ਸਾਡੇ ਸਰੀਰ ਨੂੰ ਉਹ ਤਾਕਤ ਦੇ ਸਕਦੀ ਹੈ ਜਿਹੜਾ ਸਰੀਰ ਉਹਦਾ ਉੱਠਦਾ ਹੀ ਸਹਾਰਾ ਮੰਗਦਾ ਉਹ ਕਿਵੇਂ ਕਹਿ ਸਕਦੇ ਹੋ ਤੁਸੀਂ ਵੀ ਹਾਂ ਉਹ ਸਹੀ ਚੀਜ਼ ਹੈ ਯਾਰ ਅਸੀਂ ਐਡੀ ਬਹਾਦਰ ਕੌਮ ਹੈ ਅਸੀਂ ਇੱਕ ਨਸ਼ੇ ਵਾਸਤੇ ਇੱਕ ਸੈਂਟਰਾਂ ਦੇ ਵਿੱਚ ਜਾ ਕੇ ਪੈਣਾ ਉੱਥੇ ਬੈੱਡਾਂ ਤੇ ਲਟਣਾ ਅਸੀਂ ਗਲੂਕੋਜ਼ ਦੀਆਂ ਬੋਤਲਾਂ ਲਵਾਉਣੀਆਂ ਅਸੀਂ ਟੀਕੇ ਲਵਾਉਣੇ ਅਸੀਂ ਦੁੱਧ ਮੱਖਣਾ ਨਾਲ ਪਾਲਣੇ ਵਾਲੇ ਹੈਗੇ ਆ ਪੰਜਾਬੀ ਆ ਅਸੀਂ ਕੀ ਸਾਨੂੰ ਟੀਕੇ ਕਰਨਗੇ ਕੀ ਸਾਨੂੰ ਗੋਲੀਆਂ ਕਰਨਗੀਆਂ ਘਰ ਦੀਆਂ ਖਰਾਕਾਂ ਖਾ ਕੇ ਅਸੀਂ ਨਸ਼ੇ ਆਰਮ ਨਾਲ ਛੱਡ ਸਕਦੇ ਆ ਕੀ ਗੱਲਾਂ ਉਹ ਠੀਕ ਆ ਜੇ ਅਸੀਂ ਛੱਡਣ ਤੇ ਆਈਏ ਜਦ ਸਾਰੀ ਅਸੀਂ ਦਿਮਾਗ ਉਸ ਚੀਜ਼ ਤੇ ਟਿਕਾ ਲਿਆ ਵੀ ਹਾਂ ਨਹੀਂ ਯਾਰ ਇਹਦੇ ਨਾਲ ਕੁਝ ਨਹੀਂ ਹੋਣਾ ਠੀਕ ਹੈ ਨਾ ਅਸੀਂ ਸਾਡਾ ਤਾਂ ਉਹਦੇ ਬਿਨਾ ਸਰਨਾ ਹੀ ਨਹੀਂ ਫੇਰ ਤਾਂ ਜੀ ਕੁਝ ਵੀ ਆ ਫਿਰ ਤਾਂ ਦੁਨੀਆ ਪਰ ਕੋਈ ਚੀਜ਼ ਪੋਸੀਬਲ ਨਹੀਂ ਹੈਗੀ ਕਈ ਤਰ੍ਹਾਂ ਦੇ ਨਸ਼ੇ ਹੁੰਦੇ ਨੇ ਸਿੰਥੈਟਿਕ ਵੀ ਹੋਗੇ ਫੀਮ ਡੋਡੇ ਵੀ ਹੋਗੇ ਸ਼ਰਾਬ ਵੀ ਹੋਗੇ ਫਿਰ ਕਿੰਨੇ ਕ ਮਤਲਬ ਪ੍ਰੋਸੀਜਰ ਕਿੰਨਾ ਕ ਪ੍ਰੋਸੀਜਰ ਆਗਾ ਆਪਣਾ ਮਤਲਬ ਕਿੰਨੇ ਕ ਦਿਨਾਂ ਦੇ ਵਿੱਚ ਜਿਹੜਾ ਆਪਾਂ ਇਹ ਨਸ਼ਾ ਛਡਵਾ ਦਿੰਦੇ ਆ 1.5 ਤੋਂ 2 ਮਹੀਨੇ ਦਾ ਪ੍ਰੋਸੈਸ ਹੈਗਾ ਜਿੰਨਾ ਕ ਵੱਡਾ ਨਸ਼ਾ ਹੈ ਮੰਨ ਲਓ ਜਟਾ ਹੈ ਉਹਦਾ 1.5-2 ਮਹੀਨੇ ਦਾ ਪ੍ਰੋਸੈਸ ਹੈਗਾ ਪਰ 2-1/2 ਤੋਂ 2 ਦਿਨ ਦੇ ਵਿੱਚ ਜਿਹੜੀ ਤੋੜ ਲੱਗਣੀ ਅਸੀਂ ਬੰਦ ਕਰ ਦੰਨੇ ਆ ਜਿਹੇ ਚਿੱਟਾ ਤੇ ਫੀਮ ਆ ਜਿਹੇ ਦੀਪ ਥੱਲੇ ਵਾਲੀ ਗੋਲੀ ਹੈ ਜਿਹ ਚ ਸ਼ਰਾਬ ਹੈ ਜਿਹ ਕੋਈ ਵੀ ਸਿੰਥੈਟਿਕ ਨਸ਼ਾ ਨਮਸਕਾਰ ਪੰਜਾਬ ਨਿਊਜ਼ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਰਦੀਪ ਸ਼ੇਰਪੁਰ ਤੁਹਾਡਾ ਸਵਾਗਤ ਕਰਦਾ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ ਦੋਸਤੋ ਜਦੋਂ ਆਪਾਂ ਹਰ ਇੱਕ ਇੰਟਰਵਿਊ ਦੀ ਸ਼ੁਰੂਆਤ ਕਰਦੇ ਆ ਜਾਂ ਫਿਰ ਆਪਾਂ ਕਿਸੇ ਵੀ ਜਗ੍ਹਾ ਤੇ ਬੈਠੇ ਹੋਈਏ ਕੋਈ ਵੀ ਗੱਲ ਤੁਰਦੀ ਆ ਤਾਂ ਇੱਕ ਪੰਜਾਬ ਦੇ ਨਾਂ ਤੇ ਗੱਲ ਜ਼ਰੂਰ ਤੁਰਦੀ ਆ ਕਹਿੰਦੇ ਜਿਹੜਾ ਪੰਜਾਬ ਦੀ ਨੌਜਵਾਨ ਪੀੜੀ ਮੰਨੀ ਜਾਂਦੀ ਹੈ ਆਉਣ ਵਾਲੀਆਂ ਪੀੜ੍ਹੀਆਂ ਲਈ ਭਵਿੱਖ ਮੰਨਿਆ ਜਾਂਦਾ ਹੈਗਾ ਉਹਦਾ ਪਰ ਜਿਹੜੀਆਂ ਇਸ ਸਮੇਂ ਦੀਆਂ ਪੀੜ੍ਹੀਆਂ ਦੀ ਗੱਲ ਕਰੀਏ ਆਪਾਂ ਜਾਂ ਫਿਰ ਕਹਿ ਸਕਦੇ ਆ ਕਿ ਇਸ ਸਮੇਂ ਦੇ ਯੂਥ ਦੀ ਜੇਕਰ ਗੱਲ ਕਰੀਏ ਕਿਤੇ ਨਾ ਕਿਤੇ ਸਥਿਤੀ ਡਾਵਾ ਡੋਲ ਹੁੰਦੀ ਨਜ਼ਰ ਆਉਂਦੀ ਹੈਗੀ ਪਰ ਉਹ ਜਿਹੜੀਆਂ ਸਥਿਤੀਆਂ ਡਾਵਾ ਡੋਲ ਹੋ ਰਹੀਆਂ ਨੇਗੀਆਂ ਇੱਕ ਵੱਡਾ ਕਾਰਨ ਨਸ਼ੇ ਵੀ ਕਿਹਾ ਜਾਂਦਾ ਹੈਗਾ ਪਰ ਉਹ ਨਸ਼ੇ ਕਿਵੇਂ ਆਉਂਦੇ ਨੇ ਜਾਂ ਫਿਰ ਕਹਿ ਸਕਦੇ ਆਂਗੇ ਕਿਥੋਂ ਸ਼ੁਰੂਆਤ ਹੁੰਦੀ ਹੈਗੀ ਜਾਂ ਫਿਰ ਕਹਿ ਸਕਦੇ ਆਂਗੇ ਅਕਸਰ ਇੱਕ ਗੱਲ ਬੜੀ ਪ੍ਰਚਲਿਤ ਕੀਤੀ ਜਾਂਦੀ ਹੈ ਕਿ ਇਹਨੇ ਭਾਈ ਯਾਰਾਂ ਦੋਸਤਾਂ ਨਾਲ ਬੈਠਾ ਸੀਗਾ ਇੱਕ ਵਾਰੀ ਕਹਦਾ ਚੱਲ ਵੀ ਤੂੰ ਮਾੜਿਆ ਟਰਾਈ ਕਰ ਲੈ ਟਰਾਈ ਕਰਨ ਤੋਂ ਬਾਅਦ ਪਤਾ ਨਹੀਂ ਕਿੰਨੀਆਂ ਇੱਕ ਟਰਾਈਆਂ ਹੋ ਗਈਆਂ ਤੇ ਬੰਦਾ ਮਰਨ ਕਿਨਾਰੇ ਪਿਆਗਾ ਉਇਰੇ ਨਸ਼ੇ ਨੇ ਚਿੱਟੇ ਦਾ ਨਸ਼ਾ ਅਕਸਰ ਬੜਾ ਪ੍ਰਚਲਿਤ ਕੀਤਾ ਜਾਂਦਾ ਪੰਜਾਬ ਦੇ ਵਿੱਚ ਕਹਿੰਦੇ ਜਿਹੜਾ ਚਿੱਟੇ ਦਾ ਨਸ਼ਾ ਬੜਾ ਹੀ ਖਤਰਨਾਕ ਮੰਨਿਆ ਜਾਂਦਾ ਤੇ ਇਸ ਨਸ਼ੇ ਦੀ ਜੋ ਵੀ ਦਵਾਈ ਹੈ ਜਾਂ ਫਿਰ ਕਹਿ ਸਕਦੇ ਕਿਵੇਂ ਛੱਡਿਆ ਜਾ ਸਕਦਾ ਹੈ ਜਾਂ ਫਿਰ ਕੀ ਕੀ ਲੱਛਣ ਨੇ ਇਹਦੇ ਜੋ ਛੱਡਣ ਦੇ ਬਾਵਜੂਦ ਵੀ ਇੱਕ ਕੀ ਕੀ ਸਾਬਤ ਹੁੰਦੇ ਨੇ ਆਪਾਂ ਇਹ ਗੱਲਾਂ ਤੇ ਜਾਂ ਫਿਰ ਕਹਿ ਸਕਦੇ ਇਸ ਬਿਮਾਰੀ ਤੇ ਗੱਲਬਾਤ ਕਰਨ ਲਈ ਸਾਡਾ ਡਾਕਟਰ ਜਗਰੂਪ ਸਿੰਘ ਜੀ ਹੋਣਗੇ ਸੰਗੋਲ ਪਿੰਡ ਬੈਠੇ ਆਗੇ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਜੋ ਇਹ ਨਸ਼ਿਆਂ ਦੀ ਬਿਮਾਰੀ ਚੱਲ ਰਹੀ ਹੈ ਜਾਂ ਫਿਰ ਕਹਿ ਸਕਦੇ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ ਕਿਵੇਂ ਉਸ ਦੇ ਉੱਤੇ ਠੱਲ ਪਾਈ ਜਾ ਸਕਦੀ ਹੈਗੀ ਸਭ ਤੋਂ ਪਹਿਲਾਂ ਸਵਾਗਤ ਹੈ ਪੰਜਾਬੀ ਤੁਹਾਡਾ ਸਰ ਸਤਿ ਸ਼੍ਰੀ ਅਕਾਲ ਜੀ ਬਹੁਤ ਸਿੱਤਾ ਕੈਮਰਾ ਡਾਕਟਰ ਸਾਹਿਬ ਵਧੀਆ ਤੁਸੀਂ ਸੁਣਾਓ ਜੀ ਠੀਕ ਹੈ ਜੀ ਵਧੀਆ ਵਧੀਆ ਡਾਕਟਰ ਸਾਹਿਬ ਸ਼ੁਰੂਆਤ ਕਰੀਏ ਆਪਾਂ ਨਾ ਇੰਟਰਵਿਊ ਦੀ ਪੰਜਾਬ ਦੀ ਜਦੋਂ ਵੀ ਗੱਲ ਆਉਂਦੀ ਹੈ ਜਾਂ ਫਿਰ ਕਹਦੀ ਹੈ ਪੰਜਾਬੀਅਤ ਦੀ ਜਦੋਂ ਵੀ ਗੱਲ ਆਉਂਦੀ ਹੈ ਕਿ ਪੀੜੀ ਦਾ ਜ਼ਿਕਰ ਹੁੰਦਾ ਹੈਗਾ ਜਿਹੜੀ ਪੰਜਾਬ ਦੀ ਪੀੜੀ ਹੈ ਕਿਹੜੇ ਤਰਫ ਜਾ ਰਹੀ ਹੈ ਜਾਂ ਫਿਰ ਕਹਦੀ ਹੈ ਜਿਵੇਂ ਕਹੇ ਜਾਂਦੇ ਸੀ ਕਹਿੰਦੇ ਵੀ ਜਿਹੜੀ ਭਈ ਆਉਣ ਵਾਲੀ ਪੀੜੀ ਹੈਗੀ ਪੰਜਾਬ ਉਹਦਾ ਭਵਿੱਖ ਹੋਊਗੀ ਪਰ ਤੁਹਾਨੂੰ ਨਹੀਂ ਲੱਗਦਾ ਵੀ ਕਿਤਨਾ ਕਿਤ ਜਿਹੜ ਕੱਲੀਆਂ ਖਬਰਾਂ ਦੇ ਵਿੱਚ ਬਣ ਕੇ ਰਹਿ ਗਈਆਂ ਜਾਂ ਫਿਰ ਕਹਦੇ ਸੋਸ਼ਲ ਮੀਡੀਆ ਤੇ ਬਣ ਕੇ ਰਹਿ ਗਏ ਕਿਉਂਕਿ ਪੀੜੀ ਦਾ ਜਿਹੜਾ ਹਾਲਾਤ ਨੇ ਆਪਨ ਸਭ ਨੂੰ ਪਤਾ ਹੀ ਹੈਗਾ ਸ਼ੁਰੂਆਤ ਆਪਾਂ ਇੱਥੋਂ ਕਰਾਂਗੇ ਕਿ ਸ਼ੁਰੂਆਤ ਕਿਵੇਂ ਹੁੰਦੀ ਹੈਗੀ ਨਸ਼ੇ ਦੀ ਜਿਵੇਂ ਮੰਨ ਲਓ ਕਹਦੀਏ ਕਿ ਇੱਕ ਨੌਜਵਾਨ ਜਾਂ ਫਿਰ ਕਹਦੀਏ ਇੱਕ ਬੱਚਾ ਜਦੋਂ ਟਰਾਈ ਕਰਦਾ ਉਹ ਚੀਜ਼ ਨੂੰ ਫਿਰ ਉਹਦੇ ਵਿੱਚ ਲਗ ਇਨ ਲੀਨ ਹੋ ਜਾਂਦਾ ਹੈਗਾ ਕਿ ਮਰਨ ਕਿਨਾਰੇ ਪੈ ਜਾਂਦਾ ਨੌਜਵਾਨਾਂ ਦੀ ਮੌਤਾਂ ਵੀ ਹੋ ਚੁੱਕੀਆਂ ਨੇਗੀਆ ਸ਼ੁਰੂਆਤ ਕਿਵੇਂ ਹੁੰਦੀ ਹੈ ਫਿਰ ਨਸ਼ੇ ਦੀ ਦੇਖੋ ਇਨਸਾਨ ਨੂੰ ਦੋ ਤਰ੍ਹਾਂ ਦੀ ਭੁੱਖ ਹੁੰਦੀ ਹੈ ਜੀ ਇੱਕ ਦਿਮਾਗੋਂ ਇੱਕ ਪੇਟ ਤੋਂ ਜੀ পেট ਦੀ ਭੁੱਖ ਤੁਸੀਂ دنیਆਵੀ ਚੀਜ਼ਾਂ ਨਾਲ ਭਰ ਸਕਦੇ ਹੋ ਜਿਹੜੀ ਦਿਮਾਗ ਦੀ ਭੁੱਖ ਹੈ ਇਹਨੂੰ ਭਰਨਾ ਬਹੁਤ ਔਖਾ ਹੈ ਜੀ ਠੀਕ ਹੈ ਜੀ ਜਦੋਂ ਇਹ ਭੁੱਖ ਵਿਗੜ ਜਾਂਦੀ ਹੈ ਕਹੋ ਠੀਕ ਹੈ ਵਿਗੜ ਗਿਆ ਦਿਮਾਗ ਭੜਕ ਗਿਆ ਦਿਮਾਗ ਬੱਸੋਂ ਬਾਹਰ ਹੋ ਗਿਆ ਖੱਜਲ ਹੋ ਗਿਆ ਠੀਕ ਹੈ ਉਦੋਂ ਫਿਰ ਕਹੋ ਵੀ ਦਿਮਾਗ ਸਾਡਾ ਸਹਾਰਾ ਮੰਗਦਾ ਹੈ ਸਹਾਰਾ ਕਿਸ ਤਰ੍ਹਾਂ ਦਾ ਮੰਗਦਾ ਹੈ ਵੀ ਹਾਂ ਇਹਨੂੰ ਸੁਣਨ ਕੀਤਾ ਜਾਵੇ ਉਹ ਚੀਜ਼ ਆ ਜਿਹੜੀ ਦਿਮਾਗ ਦੇ ਵਿੱਚ ਘੁੰਮ ਕਰ ਰਹੀ ਆ ਘਰ ਕਰ ਰਹੀ ਆ ਦਿਮਾਗ ਤੇ ਦਿਲ ਤੇ ਲੱਗ ਗਈ ਕਿ ਉਹਨੂੰ ਭੁਲਾਉਣ ਵਾਸਤੇ ਕੋਈ ਐਦਾਂ ਦੀ ਚੀਜ਼ ਲੱਭੋ ਵੀ ਜਿਹੜਾ ਇਹ ਸੁਣ ਕਰ ਦੇਵੇ ਸਾਨੂੰ ਪਤਾ ਹੀ ਨਾ ਲੱਗੇ ਠੀਕ ਹੈ ਨਾ ਕਈ ਤੁਸੀਂ ਸਿੰਗਰਾਂ ਦੇ ਵੀ ਗਾਣੇ ਸੁਨੇ ਆ ਵੀ ਹਾਂ ਜਿਹੜੀ ਸ਼ਰਾਬ ਹੈ ਜਿਹੜੀ ਇਹ ਚੀਜ਼ ਹੈ ਜੀ ਇਹ ਗਮ ਨੂੰ ਤੋੜ ਦਿੰਦੀ ਆ ਜਾਂ ਨਸ਼ਾ ਇਹ ਗਮ ਨੂੰ ਤੋੜ ਦਿੰਦਾ ਜੀ ਹੈ ਨਾ ਉਦਾਂ ਦੇ ਜਦੋਂ ਨੌਜਵਾਨ ਉਦਾਂ ਦੀਆਂ ਚੀਜ਼ਾਂ ਜਾਂ ਸੁਣ ਲੈਣੇ ਆ ਜਾਂ ਉਹਨੂੰ ਆਪਣੇ ਆਪ ਦੇ ਲਾਗੂ ਕਰ ਲੈਣੇ ਆ ਫੀਲ ਕਰ ਲੈਣੇ ਆ ਜਾਂ ਇੱਕ ਸ਼ੋਸ਼ਾਵਾਜੀ ਹੋ ਗਿਆ ਗੈਰੋ ਠੀਕ ਹੈ ਜੀ ਉਹ ਇੱਕ ਚੌੜ ਚੌੜ ਬਾਜੀ ਦੇ ਵਿੱਚ ਕਹਿ ਲੋ ਵੀ ਜਾਂ ਬਹੁਤੀ ਜਿਆਦਾ ਕਹਿ ਲੋ ਵੀ ਹਾਂ ਬਈ ਆ ਬੰਦਾ ਮੇਰੇ ਨੇੜੇ ਆ ਵੀ ਇਹ ਬੰਦਾ ਮੈਨੂੰ ਹਾਂਜੀ ਯਾਰੀ ਦਾ ਵਾਸਤਾ ਦੇ ਕੇ ਆ ਕਰਾਤਾ ਜੀ ਮੈਨੂੰ ਪੈਗ ਲਵਾਤਾ ਯਾਰੀ ਦਾ ਵਾਸਤਾ ਦੇ ਕੇ ਫਲਾਣਾ ਕਰਤਾ ਉਹ ਫਿਰ ਜੇ ਯਾਰੀ ਦਾ ਵਾਸਤਾ ਇੰਨਾ ਕੁ ਵੱਧ ਜਾਂਦਾ ਨਾ ਫਿਰ ਬੰਦਾ ਬਾਅਦ ਦੇ ਵਿੱਚ ਵਾਸਤੇ ਪਾਉਂਦਾ 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 ਜੀ ਪੱਕਾ ਹੀ ਵਾਸਤਾ ਪਾ ਜਾਂਦਾ ਠੀਕ ਹੈ ਵੀ ਇਹ ਕਾਰਨ ਹੈਗੇ ਆ ਜਿਹੜੇ ਮੇਨ ਜਿਹੜਾ ਇਨਸਾਨ ਨੂੰ ਨਸ਼ੇ ਵੱਲ ਨੂੰ ਧੱਕ ਕੇ ਲੈ ਕੇ ਜਾਂਦੇ ਆ ਠੀਕ ਹੈ ਬਾਅਦ ਦੇ ਵਿੱਚ ਉਹ ਐਨੇ ਸਰੀਰ ਪਰ ਘਰ ਕਰ ਜਾਂਦੇ ਨੇ ਹਾਵੀ ਕਰ ਜਾਂਦੇ ਨੇ ਬਾਅਦ ਦੇ ਵਿੱਚ ਫਿਰ ਉਹੀ ਇਨਸਾਨ ਆਪਣੇ ਹੱਥਾਂ ਦੇ ਨਾਲ ਆਪ ਨੂੰ ਪਿੱਟਦਾ ਵੀ ਹਾਂ ਯਾਰ ਇਹ ਮੈਂ ਕੋੜ ਕਿੱਥੋਂ ਲਾ ਲਿਆ ਬਿਲਕੁਲ ਡਾਕਟਰ ਸਾਹਿਬ ਜਿਵੇਂ ਤੁਸੀਂ ਸ਼ੁਰੂਆਤ ਹੁਣ ਜ਼ਿਕਰ ਕੀਤਾ ਨਾ ਵੀ ਗਾਣਿਆਂ ਦਾ ਤੁਸੀਂ ਮੇਨ ਜ਼ਿਕਰ ਕੀਤਾ ਵੀ ਗਾਣਿਆਂ ਦੇ ਨਾਲ ਵੀ ਇਹ ਨੌਜਵਾਨ ਪੀੜ੍ਹੀ ਹੈਗੀ ਪ੍ਰਭਾਵਿਤ ਹੋ ਕੇ ਨਸ਼ਿਆਂ ਵੱਲ ਜਾ ਰਹੀ ਹੈਗੀ ਪਰ ਤੁਹਾਨੂੰ ਨਹੀਂ ਲੱਗਦਾ ਕਿਤਨਾ ਕਿਤੇ ਜਿਹੜੇ ਅੱਜ ਕੱਲ ਦੇ ਜਿਹੜੇ ਸਿੰਥੈਟਿਕ ਨਸ਼ੇ ਚੱਲੇ ਹੋਏ ਨੇਗੇ ਜਿਵੇਂ ਆਪਾਂ ਚਿੱਟੇ ਦੀ ਗੱਲ ਕਰ ਲਈ ਇੱਕ ਮੇਰੇ ਖਿਆਲ ਨਾਲ ਗੋਲੀ ਬੜੀ ਅੱਜ ਕੱਲ ਚੱਲ ਰਹੀ ਹੈਗੀ ਜੀਵ ਦੇ ਥੱਲੇ ਵਾਲੀ ਉਹ ਤਾਂ ਮੇਰੇ ਖਿਆਲ ਨਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਵੀ ਫ੍ਰੀ ਮਿਲਣ ਲੱਗੀ ਅੱਜ ਕੱਲ ਤਾਂ ਪੰਜਾਬ ਦੇ ਜੇਕਰ ਆਪਾਂ ਗੱਲ ਕਰ ਲਈਏ ਉਹ ਉਹ ਵੀ ਫਿਰ ਕਿਤਨਾ ਕਿਤੇ ਰੋਲ ਅਦਾ ਕਰਦੇ ਨੇਗੇ ਇਸ ਮਤਲਬ ਦਲਦਲ ਦੇ ਵਿੱਚ ਠੇ ਤੁਸੀਂ ਆਪਣੀ ਕਮਾਈ ਦੇ ਵਿੱਚੋਂ ਕਿਸੇ ਨੂੰ ਕੁਝ ਫ੍ਰੀ ਦੇ ਦੋਗੇ ਨਹੀਂ ਨਹੀਂ ਦੰਦੇ ਨਾ ਠੀਕ ਹੈ ਲਾਲਚ ਕਿਸੇ ਨੂੰ ਉਦੋਂ ਹੀ ਦਿੱਤਾ ਜਾਂਦਾ ਜਦੋਂ ਕਿਸੇ ਦੀਆਂ ਜੜਾਂ ਹਿਲਾਉਣੀਆਂ ਹੋਣ ਜੜਾਂ ਪਟਣੀਆਂ ਹੋਣ ਜੀ ਠੀਕ ਹੈ ਜੀ ਜਾਂ ਉਹ ਤੋਂ ਬਹੁਤ ਤਕੜਾ ਕੰਮ ਲੈਣਾ ਹੋਵੇ ਠੀਕ ਹੈ ਜੀ ਇਹ ਮਤਲਬ ਹੁਣ ਆਪਾਂ ਬਹੁਤੀਆਂ ਚਲੋ ਗੱਲਾਂ ਨਹੀਂ ਕਰਨੀਆਂ ਚਾਹੁੰਦੇ ਜੇ ਹੁਣ ਤੁਸੀਂ ਗੱਲ ਕੀਤੀ ਆ ਵੀ ਜੀਭ ਥੱਲੇ ਵਾਲੀ ਗੋਲੀ ਦੀ ਮੈਨੂੰ ਇੱਕ ਵੀ ਬੰਦਾ ਲਿਆ ਕੇ ਦਿਖਾ ਦਿਓ ਪੂਰੇ ਪੰਜਾਬ ਦੇ ਵਿੱਚੋਂ ਵੀ ਐਸ ਬੰਦੇ ਨੇ ਜੀਭ ਥੱਲੇ ਵਾਲੀ ਗੋਲੀ ਦੇ ਨਾਲ ਆਪਣਾ ਜੀਵਨ ਸਹੀ ਕਰ ਲਿਆ ਆਪਣੇ ਜੀਵਨ ਨੂੰ ਸਿੱਧੇ ਰਾਹ ਤੇ ਪਾ ਲਿਆ ਉਹ ਤਾਂ ਯਾਰ ਚਿੱਟੇ ਨਾਲੋਂ ਵੀ ਵੱਧ ਖਤਰਨਾਕ ਹੈ ਉਹ ਤਾਂ ਕਹਿ ਲਓ ਵੀ ਤੁਸੀਂ 35 35 ਸਾਲ ਦੀਆਂ ਮਾਵਾਂ ਦੇ ਸਿਰਾਂ ਤੇ ਚਿੱਟੀਆਂ ਚੁੰਨੀਆਂ ਲਿਆਤੀਆਂ ਉਹ ਸੀਜ਼ਨ ਠੀਕ ਹੈ ਜੀ ਚਿੱਟੇ ਨਾਲੋਂ ਵੱਧ ਖਤਰਨਾਕ ਹੈ ਮੇਰੇ ਕੋਲ ਇਦਾਂ ਦੇ 17 18 ਸਾਲ ਦੇ ਮੁੰਡੇ ਇਦਾਂ ਦੇ ਆਉਨੇ ਆ ਜਿਹੜੀਆਂ ਉਹ ਗੋਲੀਆਂ ਖਾ ਕੇ ਆਪਣੇ ਆਪ ਨੂੰ ਨਿਲ ਕਰ ਚੁੱਕੇ ਆਂ ਔਰ ਆਉਣ ਵਾਲੀ ਸਮੇਂ ਦੇ ਵਿੱਚ ਤੁਸੀਂ ਇਹ ਦੇਖ ਲਿਓ ਵੀ ਉਹਨਾਂ ਤੇ ਆਪਣੇ ਔਲਾਦ ਨਹੀਂ ਪੈਦਾ ਹੋਣੀ ਘਰ ਉਹਨਾਂ ਦਾ ਜਿਹੜਾ ਅੱਗੇ ਪੀੜ੍ਹੀ ਆ ਵਧਣੀ ਨਹੀਂ ਹੈਗੀ ਉਹ ਮੇਰੇ ਤੋਂ ਲਿਖ ਕੇ ਲੈ ਲਓ ਕਿਉਂਕਿ ਉਹ ਸਿੱਧਾ ਹੀ ਤੁਹਾਡੇ ਜਿਹੜੀ ਪ੍ਰਜਨਨ ਕਿਰਿਆ ਉਹਦੇ ਉੱਪਰ ਮਾਰ ਕਰਦੀ ਆ ਤੁਹਾਡੇ ਸ਼ਗਰਾਂ ਨੂੰ ਖਤਮ ਕਰਦੀ ਆ ਆਉਣ ਵਾਲੀ ਪੀੜ੍ਹੀ ਦੇ ਉਹ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਜਿਵੇਂ ਆਪਾਂ ਜ਼ਿਕਰ ਕਰਿਆ ਹਣਾ ਨਾਜੀਬ ਦੇ ਥੱਲੇ ਵਾਲੀ ਜਿਹੜੀ ਗੋਲੀ ਦਾ ਜਿਹੜੇ ਨਾਕ ਪਿੰਡ ਦੇ ਵਿੱਚ ਸਰਵੇ ਕਰ ਰਿਹਾ ਸੀ ਉਹ ਇਲੈਕਸ਼ਨ ਦੇ ਦੌਰਾਨ ਗਿਆ ਤਾਂ ਮੈਨੂੰ ਕੁਝ ਬਜ਼ੁਰਗ ਮਿਲੇ ਬਜ਼ੁਰਗਾਂ ਨਾਲ ਜਦੋਂ ਗੱਲਬਾਤ ਚੱਲੀ ਉੱਥੇ ਕਿਤੇ ਕੁਦਰਤੀ ਨਸ਼ਿਆਂ ਦੀ ਗੱਲ ਚੱਲੀ ਤੇ ਉਹਨਾਂ ਨੇ ਇੱਕ ਗੱਲ ਕਹੀ ਕਹਿੰਦੇ ਯਾਰ ਕਹਿੰਦੇ ਨਸ਼ੇ ਨਾ ਕਰੋ ਕਹਿੰਦੇ ਜੇ ਕਹੇ ਤੁਹਾਨੂੰ ਬਾੜੀ ਦੌਖੇ ਹੋਗੇ ਬਾੜੀ ਤੋੜ ਲੱਗਦੀ ਹੈ ਨਾ ਹਸਪਤਾਲ ਚ ਗੋਲੀ ਲਿਆਇਆ ਕਰੋ ਇੱਕ ਛੋਟੀ ਜੀ ਗੋਲੀ ਦਿੰਦੇ ਹੈਗੇ ਫ੍ਰੀ ਮਿਲਦੀ ਹੈਗੀ ਉਹ ਖਾ ਲਿਆ ਕਰੋ ਉਹ 100 ਗੁਣਾ ਵਧੀਆ ਫਿਰ ਇਹ ਲੋਕਾਂ ਦੇ ਜਿਹੜੀ ਫਿਰ ਇਹ ਮਾਨਸਿਕਤਾ ਬਣੀ ਹੋਈ ਹੈਗੀ ਇਹਨੂੰ ਲੈ ਕੇ ਇਹ ਮਾਨਸਿਕਤਾ ਫਿਰ ਤੁਹਾਨੂੰ ਲੱਗਦਾ ਵੀ ਪੰਜਾਬ ਸਰਕਾਰ ਕਿਤਨਾ ਕਿਤੇ ਅਣਗਹਿਲੀ ਕਰ ਰਹੀ ਹੈਗੀ ਜੀਵਨ ਦੇ ਨਾਲ ਨੌਜਵਾਨਾਂ ਦੇ ਨਾਲ ਜਾਂ ਫਿਰ ਲੋਕਾਂ ਦੇ ਜੀਵਨ ਦੇ ਨਾਲ ਕਿਉਂਕਿ ਲੋਕਾਂ ਦੀ ਇੱਕ ਇੱਕ ਮਾਨਸਿਕਤਾ ਬਣ ਚੁੱਕੀ ਹੈ ਕਿ ਜੇ ਜੇ ਗਵਰਨਮੈਂਟ ਸਰਕਾਰ ਪੰਜਾਬ ਸਰਕਾਰ ਪੰਜਾਬ ਦੇ ਲੋਕਾਂ ਲਈ ਕੁਝ ਕਰ ਰਹੀ ਹੈ ਤਾਂ ਉਹ ਭਲਾ ਹੀ ਕਰ ਰਹੀ ਹੈਗੀ ਤonnage ਦਾ ਵੀ ਇਹ ਚ ਜਦ ਰੋਕ ਲੱਗਣੀ ਚਾਹੀਦੀ ਹੈ ਦੇਖੋ ਜੀ ਮੈਂ ਕੋਈ ਵੀ ਕੈਮੀਕਲ ਹੈ ਠੀਕ ਹੈ ਇੱਕ ਤਾਂ ਕੁਦਰਤੀ ਚੀਜ਼ ਹੈ ਮੰਨ ਲਓ ਫੀਮ ਹੈ ਜਾਂ ਭੁੱਕੀ ਹੈ ਕੁਝ ਵੀ ਹੈ ਉਹਨੂੰ ਤੁਸੀਂ ਲਿਮਟ ਮਾਤਰਾ ਦੇ ਵਿੱਚ ਖਾਣੇ ਉਹ ਕੁਦਰਤੀ ਹੈ ਜੀ ਜਿਵੇਂ ਕਣਕ ਬੀਜਦੇ ਆ ਝੋਨਾ ਬੀਜਦੇ ਆ ਉਦਾਂ ਹੀ ਉਹ ਖੇਤਾਂ ਚ ਬੀਜੀ ਜਾਂਦੀ ਹੈ ਠੀਕ ਹੈ ਜੀ ਹੁਣ ਤੁਸੀਂ ਇੱਕ ਆਪਣੇ ਹੱਥੀਂ ਕੈਮੀਕਲ ਤਿਆਰ ਕਰ ਲਿਆ ਚਾਹੇ ਕੋਈ ਇੰਜੈਕਸ਼ਨ ਆ ਚਾਹੇ ਕੋਈ ਗੋਲੀ ਆ ਉਹਨੂੰ ਤੁਸੀਂ ਕਿਦਾਂ ਕਿਦਾਂ ਕਹਿ ਦੋਗੇ ਵੀ ਉਹ ਸਹੀ ਹੈ ਠੀਕ ਹੈ ਉਹ ਇੱਕ ਦਿਮਾਗ ਨੂੰ ਤੁਹਾਡੇ ਨੂੰ ਸੁੰਨ ਕਰ ਰਹੀ ਆ ਤੁਹਾਡੇ ਦਿਮਾਗ ਨੂੰ ਨਸ਼ਾ ਦੇ ਰਹੀ ਆ ਤੁਹਾਡੇ ਦਿਮਾਗ ਨੂੰ ਪਾਗਲ ਬੁੱਝ ਬਣਾ ਕੇ ਰੱਖ ਰਹੀ ਆ ਉਹਨੂੰ ਕਿਵੇਂ ਕਹਿ ਸਕਦੇ ਹਾਂ ਵੀ ਸਾਡੇ ਸਰੀਰ ਨੂੰ ਉਹ ਤਾਕਤ ਦੇ ਸਕਦੀ ਹੈ ਜਿਹੜਾ ਸਰੀਰ ਉਹਦਾ ਉੱਠਦਾ ਹੀ ਸਹਾਰਾ ਮੰਗਦਾ ਉਹ ਕਿਵੇਂ ਕਹਿ ਸਕਦੇ ਹੋ ਤੁਸੀਂ ਵੀ ਹਾਂ ਉਹ ਸਹੀ ਚੀਜ਼ ਹੈ ਮੇਰਾ ਮੰਨਦਾ ਨਹੀਂ ਜਿਵੇਂ ਆਪਾਂ ਗੱਲ ਕਰ ਲਈਏ ਨਾ ਕਈ ਨੌਜਵਾਨ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵੀ ਚਲੇ ਜਾਂਦੇ ਨੇ ਕਿ ਉਹਨਾਂ ਨੂੰ ਵੀ ਇੱਥੇ ਵੀ ਐਡਮਿਟ ਕਰਾਇਆ ਜਾਂਦਾ ਹੈਗਾ ਪੰਜਾਬ ਦੇ ਵਿੱਚ ਬਣੇ ਹੋਏ ਨੇਗੇ ਪਰ ਜਿਹੜੇ ਉੱਥੇ ਮੈਡੀਸਨ ਯੂਜ਼ ਹੁੰਦੀਆਂ ਨੇਗੇ ਉਹ ਵੀ ਕਿਤਨਾ ਕਿਤੇ ਸਿੰਥੈਟਿਕ ਨਸ਼ਾ ਕਹਿ ਸਕਦੇ ਹੋ ਜਿਹੜੀ ਸਾਡੀ ਪੰਜਾਬ ਦੀ ਕਾਮਨ ਜੇ ਤੁਸੀਂ ਅੱਜ ਵੀ ਤੁਸੀਂ ਗੂਗਲ ਤੇ ਸਰਚ ਕਰੋ ਵੀ ਨਾ ਬਰੇਵਸਟ.ਕਾਮ ਕਿਹੜੀ ਹੈਗਾ ਕਮਿਊਨਿਟੀ ਕਿਹੜੀ ਹੈ ਉਹ ਸਾਡੀ ਵਰਲਡ ਦੇ ਵਿੱਚੋਂ ਨੰਬਰ 1 ਤੇ ਸਾਡੀ ਜਿਹੜੀ ਕਾਮ ਆਉਂਦੀ ਆ ਜੀ ਪਰ ਅਸੀਂ ਆਪਣੀ ਮਾਨਸਿਕਤਾ ਇੰਨੀ ਕਿ ਡੈਡ ਕਰ ਚੁੱਕ ਤ ਨਹੀਂ ਚੁੱਕੇ ਆ ਨਾ ਵੀ ਆਪਣੇ ਆਪ ਨੂੰ ਅਸੀਂ ਹੋਰਾਂ ਲੋਕਾਂ ਦੇ ਸਾਹਮਣੇ ਇਹ ਸ਼ੋਅ ਕਰਤਾ ਵੀ ਹਾਂ ਅਸੀਂ ਤਾਂ ਯਾਰ ਇੱਕ ਨਸ਼ੇੜੀ ਲੋਕ ਆ ਨਸ਼ੇੜੀ ਮਤਲਬ ਕਹੌਣ ਦੇ ਆਪਣੇ ਆਪ ਨੂੰ ਉਹ ਬਣਾਤਾ ਕਾਬਿਲ ਠੀਕ ਹੈ ਜੀ ਪਰ ਜਦੋਂ ਹੁਣ ਤੁਸੀਂ ਗੱਲ ਕਰੀਏ ਸੈਂਟਰਾਂ ਦੀ ਯਾਰ ਅਸੀਂ ਐਡੀ ਬਹਾਦਰ ਕੌਮ ਆ ਅਸੀਂ ਇੱਕ ਨਸ਼ੇ ਵਾਸਤੇ ਇੱਕ ਸੈਂਟਰਾਂ ਦੇ ਵਿੱਚ ਜਾ ਕੇ ਪੈਣਾ ਉੱਥੇ ਬੈੱਡਾਂ ਤੇ ਲਟਣਾ ਅਸੀਂ ਗਲੂਕੋਜ਼ ਦੀਆਂ ਬੋਤਲਾਂ ਲਵਾਉਣੀਆਂ ਅਸੀਂ ਟੀਕੇ ਲਵਾਉਣੇ ਆ ਅਸੀਂ ਦੁੱਧ ਮੱਖਣਾ ਨਾਲ ਪਾਲਣੇ ਵਾਲੇ ਹੈਗੇ ਆ ਪੰਜਾਬੀ ਆ ਅਸੀਂ ਕੀ ਸਾਨੂੰ ਟੀਕੇ ਕਰਨਗੇ ਕੀ ਸਾਨੂੰ ਗੋਲੀਆਂ ਕਰਨਗੀਆਂ ਘਰ ਦੀਆਂ ਖਰਾਕਾਂ ਖਾ ਕੇ ਅਸੀਂ ਨਸ਼ੇ ਰਾਮ ਨਾਲ ਛੱਡ ਸਕਦੇ ਆ ਕੀ ਗੱਲਾਂ ਉਹ ਠੀਕ ਹੈ ਜੇ ਅਸੀਂ ਛੱਡਣ ਤੇ ਆਈਏ ਜਦ ਸਾਰੀ ਅਸੀਂ ਦਿਮਾਗ ਉਸ ਚੀਜ਼ ਤੇ ਟਿਕਾ ਲਿਆ ਵੀ ਹਾਂ ਨਹੀਂ ਯਾਰ ਇਹਦੇ ਨਾਲ ਕੁਝ ਨਹੀਂ ਹੋਣਾ ਠੀਕ ਹੈ ਨਾ ਅਸੀਂ ਸਾਡਾ ਤਾਂ ਉਹਦੇ ਬਿਨਾਂ ਸਰਨਾ ਹੀ ਨਹੀਂ ਫੇਰ ਤਾਂ ਜੀ ਕੁਝ ਵੀ ਆ ਫਿਰ ਤਾਂ ਦੁਨੀਆ ਪਰ ਕੋਈ ਚੀਜ਼ ਪੋਸੀਬਲ ਨਹੀਂ ਹੈਗੀ ਬਿਲਕੁਲ ਜੇਕਰ ਆਪਾਂ ਆਪਾਂ ਆਮ ਨਸ਼ਿਆਂ ਦੀ ਗੱਲ ਕਰੀਏ ਜਿਹੜੇ ਪੰਜਾਬ ਦੇ ਵਿੱਚ ਚੱਲਦੇ ਜਿਨ੍ਹਾਂ ਨੂੰ ਆਪਾਂ ਹੈਲਦੀ ਵੀ ਕਹਿੰਦੇ ਨੇ ਜਿਵੇਂ ਸ਼ਰਾਬ ਦੀ ਗੱਲ ਆਉਂਦੀ ਹੈ ਕਿ ਜਾਂ ਫਿਰ ਫੀਮ ਦੇ ਆਗੀ ਡੋਡੇ ਦੇ ਆਗੀ ਕਹੇ ਜਾਂਦਾ ਕਹਿੰਦੇ ਭਾਈ ਇਹ ਜੇ ਖੇਤੀ ਵੀ ਕਰੀਏ ਪੰਜਾਬ ਦੇ ਵਿੱਚ ਖੇਤੀ ਦਾ ਮੁੱਦਾ ਵੀ ਪਿਛੇ ਹੀ ਚੱਕਿਆ ਗਿਆ ਸੀਗਾ ਇਹ ਸਿਹਤ ਨਹੀਂ ਹਾਲਾਹੇ ਬੰਦ ਹੁੰਦੀਆਂ ਨਹੀਂ ਗਈਆਂ ਜ ਕਹ ਕਹਿਦੀ ਫੀਮ ਜਾਂ ਡੋਡੇ ਨੇਗੇ ਸਿੰਥੈਟਿਕ ਨਸ਼ੇ ਦੇ ਤਰ੍ਹਾਂ ਇਹਨਾਂ ਦੀ ਜਿਹੜੀ ਵਰਤੋਂ ਵਾ ਵਧ ਹੋ ਜੇ ਤੁਹਾਨੂੰ ਲੱਗਦਾ ਵੀ ਇਹ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਬਰਬਾਦ ਹੋ ਰਹੀਆਂ ਨੇਗੇ ਜਾਂ ਫਿਰ ਜਿਵੇਂ ਤੁਸੀਂ ਪਹਿਲਾਂ ਵੀ ਕਹੇ ਸਕਰਾਣੂਆਂ ਦੀ ਗਿਰਤੀ ਘਟ ਹੋ ਰਹੀ ਹੈਗੀ ਉਹ ਚੀਜ਼ਾਂ ਤੇ ਫਿਰ ਰਿਕਵਰੀ ਹੋ ਸਕਦੀ ਹੈ ਦੇਖੋ ਭਾਈ ਜੀ ਉਹ ਇੱਕ ਕੁਦਰਤੀ ਬਨਸਪਤੀ ਆ ਜਿਹੜੀ ਕੁਦਰਤ ਦੇ ਵਿੱਚ ਬਨਸਪਤੀ ਆ ਚਾਹੇ ਆਯੁਰਵੇਦ ਆ ਜਿਵੇਂ ਹੁਣ ਮੰਨ ਲਓ ਅਸੀਂ ਦਵਾਈਆਂ ਦੇ ਨਾਲ ਨਸ਼ਾ ਛਡਾਉਨੇ ਆ ਠੀਕ ਹੈ ਜੀ ਉਹ ਕੁਦਰਤੀ ਬਨਸਪਤੀਆਂ ਨੇ ਇੱਕ ਖਰਾਕ ਠੀਕ ਹੈ ਜੀ ਜੇ ਉਹਨੂੰ ਤੁਸੀਂ ਲਿਮਟ ਚ ਰਹਿ ਕੇ ਖਾਓਗੇ ਦੁੱਧ ਦੇ ਗਲਾਸ ਤੁਸੀਂ ਚਾਰ ਇਕੱਠੇ ਪੀ ਲੋ ਉਹ ਵੀ ਤੁਹਾਡਾ ਪੇਟ ਪਾਟਣ ਵਾਲਾ ਕਰ ਦੂਗਾ ਉਹਦਾ ਵੀ ਇਫੈਕਟ ਹੈ ਠੀਕ ਹੈ ਜੀ ਨਜਾਇਜ਼ ਤੁਸੀਂ ਕਿਹੋ ਖਾਓਗੇ ਉਹ ਤੁਹਾਨੂੰ ਟੱਟੀਆਂ ਲਾ ਦੂਗਾ ਉਹਦਾ ਵੀ ਇਫੈਕਟ ਹੈ ਬੈਡ ਇਫੈਕਟ ਜਦੋਂ ਤੁਸੀਂ ਕੋਈ ਵੀ ਚੀਜ਼ ਨੂੰ ਨੇਚਰਲ ਚੀਜ਼ ਨੂੰ ਲਿਮਟ ਦੇ ਵਿੱਚ ਖਾਓਗੇ ਉਹਨੂੰ ਨਿਸ਼ਾਨੀ کہہ ਸਕਦੇ ਉਹ ਇੱਕ ਖਰਾਕ ਬਣ ਜਾਂਦੀ ਹੈ ਠੀਕ ਹੈ ਹੁਣ ਜਿਹੜੀ ਫੀਮ ਹੈ ਮੈਂ ਕਹਣਾ ਜਿਹੜਾ ਫੀਮ ਖਾਂਦਾ ਉਹਨੂੰ ਕਦੇ ਹਾਰਟ ਅਟੈਕ ਨਹੀਂ ਆਉਂਦਾ ਪਰ ਖਾਣੀ ਲਿਮਟ ਦੇ ਵਿੱਚ ਹੈ ਇਹ ਨਹੀਂ ਹੈਗਾ ਵੀ ਡੇਲੀ ਉੱਠ ਕੇ ਗੋਲੀ ਬਣਾ ਕੇ ਲੈ ਲੋ ਉਹ ਤਾਂ ਤੁਸੀਂ ਆਪਣਾ ਹਾਰਟ ਜਾਵੇਂ ਉਹ ਤਾਂ ਨਾੜੀਆਂ ਜਾਵੇਂ ਕਰ ਦੋਗੇ ਤੁਸੀਂ ਡੇਲੀ ਖਾਓਗੇ ਜੇ ਖਾਣਿਓ ਦਵਾਈ ਦੇ ਤੌਰ ਤੇ ਐ ਫਿਰ ਤਾਂ ਤੁਹਾਨੂੰ ਬਿਮਾਰੀ ਲੱਗਣੇ ਨਹੀਂ ਦੇਣੀ ਉਹਦਾ ਚਿਹਰਾ ਰਹੂਗਾ ਲਾਲ ਖੜਿਆ ਰਹੂਗਾ ਵੀ ਇਹ ਗੱਲ ਐ ਵੀ ਜਦ ਆਪਾਂ ਮੁੜਕਮਾ ਕੇ ਗੱਲ ਉੱਥੇ ਆ ਜਾਂਦੀ ਵੀ ਸੋਚਣੀ ਤੇ ਡਿਪੈਂਡ ਕਰਦਾ ਬਿਲਕੁਲ ਦਰਸ਼ਕ ਵੀਡੀਓ ਨਾਲ ਜੁੜੇ ਨੇ ਵੀਡੀਓ ਦੇ ਵਿੱਚ ਕਮੈਂਟ ਵੀ ਆ ਰਹੇ ਹੋਣਗੇ ਕਈ ਦਰਸ਼ਕਾਂ ਦਾ ਵੀ ਕਮੈਂਟ ਆ ਰਿਹਾ ਕਹਿੰਦੇ ਮੰਨ ਲਓ ਫੋਰ ਐਗਜ਼ਾਮਪਲ ਮੰਨ ਲਓ ਵੀ ਤੁਹਾਡੇ ਕੋਲੇ ਆਪਾਂ ਦਵਾਈ ਲੈਣ ਆ ਗਏ ਹਨ ਜੀ ਕੋਈ ਪੇਸ਼ੈਂਟ ਆ ਗਿਆ ਦਵਾਈ ਲੈਣ ਆ ਗਿਆ ਕਈ ਹੁੰਦੇ ਨੇ ਜਿਵੇਂ ਨਸ਼ਾ ਛੱਡਣੇ ਨਹੀਂ ਚਾਹੁੰਦੇ ਹੁੰਦੇ ਕਈ ਸ਼ਖਸ ਹੁੰਦੇ ਨੇ ਕਿ ਨਸ਼ਾ ਛੱਡਣ ਦੀ ਮਾਨਸਿਕਤਾ ਨਹੀਂ ਉਹਨਾਂ ਦੀ ਬਣੀ ਹੁੰਦੀ ਪਰ ਜਿਹੜੇ ਪਰਿਵਾਰ ਵਾਲੇ ਹੁੰਦੇ ਨੇ ਜਾਂ ਫਿਰ ਉਹਦੀ ਜਿਹੜੀ ਵਾਈਫ ਹੁੰਦੀ ਹੈਗੀ ਉਹ ਨਸ਼ਾ ਛਡਵਾਉਣਾ ਚਾਹੁੰਦੀ ਹੋਵੇ ਤੁਹਾਡੇ ਤੋਂ ਮੈਡੀਸਿਨ ਲੈ ਜੇ ਤਾਂ ਬਿਨਾ ਉਹਨੂੰ ਦੱਸੇ ਵੀ ਇਹ ਮੈਦ ਸ਼ਰਾਬ ਛੱਡਣ ਦੀ ਦਵਾਈ ਹੈ ਜਾਂ ਫਿਰ ਨਸ਼ਾ ਛੱਡਣ ਦੀ ਦਵਾਈ ਹੈ ਉਹ ਨਸ਼ਾ ਛੱਡ ਸਕਦਾ ਹੈ ਭਾਈ ਜੀ ਦੇਖੋ ਦੁਨੀਆ ਪਰ ਇਹ ਜੀ ਕੋਈ ਚੀਜ਼ ਨਹੀਂ ਬਣੀ ਜਿਹੜੀ ਥੋੜਾ ਬਿਨਾਂ ਦੱਸੇ ਤੇ ਨਸ਼ਾ ਛਡਾ ਦਵੇ ਜਦ ਤੱਕ ਬੰਦਾ ਆਪ ਨਹੀਂ ਨਾ ਤਿਆਰ ਹੈਗਾ ਖੁਦ ਆਪਣੇ ਮਨੋਂ ਵੀ ਮੈਂ ਨਸ਼ਾ ਛੱਡਣਾ ਬਹੁਤ ਬੈਦ ਡਾਕਟਰ ਬਹੁਤ ਬੈਠੇ ਆ ਗਮਰਾਹ ਕਰਨੇ ਵਾਲੇ ਲੋਕਾਂ ਨੂੰ ਠੀਕ ਹੈ ਜੀ ਜਿਹੜੇ ਕਹਿੰਦੇ ਆ ਤੁਸੀਂ ਦਾਲ ਸਬਜ਼ੀ ਚ ਪਾ ਕੇ ਦੇ ਦੋ ਦੁੱਧ ਚ ਪਾ ਕੇ ਦੇ ਦੋ ਲੱਸੀ ਚ ਪਾ ਕੇ ਦੇ ਦੋ ਉਹ ਸਾਰੇ ਤੁਹਾਨੂੰ ਕੈਮੀਕਲ ਦੇਣਗੇ ਨੇਚਰਲ ਚੀਜ਼ ਨਹੀਂ ਦੇਣਗੇ ਸਾਡੀ ਦਵਾਈ ਤੁਸੀਂ ਵਰਲਡ ਦੀ ਕਿਸੇ ਵੀ ਲੈਬ ਚੋਂ ਟੈਸਟ ਕਰਾ ਸਕਦੇ ਹੋ ਇੱਕ ਤੋਂ ਦੋ ਦਿਨ ਦੇ ਵਿੱਚ ਤੋੜ ਅਸੀਂ ਬੰਦ ਕਰਦੇ ਆ ਪਰ ਉਹਦੀ ਬੰਦ ਹੁੰਦੀ ਆ ਜਿਹੜਾ ਬੰਦਾ ਆਪ ਖੁਦ ਛੱਡਣ ਨੂੰ ਤਿਆਰ ਆ ਜਿਹੜਾ ਤਿਆਰ ਹੀ ਨਹੀਂ ਹੈਗਾ ਉਹਦਾ ਚਾਹੇ ਤੁਸੀਂ ਸੋਨੇ ਕੁੱਟ-ਕੁੱਟ ਕੇ ਹੀਰੇ ਦੇ ਦੋ ਕੁੱਟ ਕੇ ਉਹਦਾ ਤਾਂ ਵੀ ਨਹੀਂ ਠੀਕ ਹੋਣਾ ਉਹਨੇ ਇਹ ਚੀਜ਼ ਅਭੀ ਜਦ ਤੱਕ ਬੰਦਾ ਤਿਆਰ ਨਹੀਂ ਹੁੰਦਾ ਜਦ ਤੱਕ ਨਹੀਂ ਕੁਝ ਹੋ ਸਕਦਾ ਜੀ ਜਿਵੇਂ ਅ ਜੇ ਆਪਾਂ ਨੌਜਵਾਨ ਪੀੜੀ ਦੀ ਜੇਕਰ ਕਿਤਾਣੇ ਸਟਾਰਟਿੰਗ ਦੇ ਵਿੱਚ ਕਈ ਨੌਜਵਾਨ ਅਜਿਹੇ ਹੁੰਦੇ ਨੇ ਕਿ ਜਿਵੇਂ ਕਹਿੰਦੇ ਚਲੋ ਭਾਈ ਅਸੀਂ ਨਸ਼ਾ ਤਾਂ ਨਹੀਂ ਕਰਦੇ ਹਨਾ ਪਰ ਸਾਡੀਆਂ ਲੱਤਾਂ ਲੁੱਤਾਂ ਜਿਆ ਬੜੀਆਂ ਦੁਖਦੀਆਂ ਨਹੀਂ ਗੀਆਂ ਜਾਂ ਫਿਰ ਕਹਿੰਦੇ ਜਿਵੇਂ ਕਈ ਹੁੰਦੇ ਹੈ ਕਿ ਥੋੜਾ ਮੋਟਾ ਜਿਵੇਂ ਕਦੇ ਕਦੇ ਸ਼ਰਾਬ ਪੀ ਲਈ ਜਾਂ ਫਿਰ ਕਦੇ ਕਦੇ ਕੋਈ ਵੀਰ ਪੀ ਲਈ ਉਹਨਾਂ ਦਾ ਨਾ ਸਰੀਰ ਟੁੱਟਣ ਲੱਗ ਜਾਂਦਾ ਹੈਗਾ ਉਸ ਤੋਂ ਬਾਅਦ ਕਦੇ ਕਦੇ ਤੋਂ ਬਾਅਦ ਪਰ ਕਹਿੰਦੇ ਹੁੰਦਾ ਵੀ ਕਈ ਅਗਲਾ ਰੁਟੀਨ 'ਚ ਨਹੀਂ ਪੀਣਾ ਚਾਹੁੰਦਾ ਹੁਣਾ ਪਰ ਸਰੀਰ ਟੁੱ ਉਹਦੇ ਕਿਵੇਂ ਉਹਨੂੰ ਕੰਟਰੋਲ ਕਰ ਸਕਦਾ ਕਿ ਜਿਹੜੀ ਤੋੜ ਲੱਗਦੀ ਜਾਂ ਫਿਰ ਸਰੀਰ ਟੁੱਟਦਾ ਉਹਦਾ ਦੇਖੋ ਜੀ ਪਹਿਲੀ ਤਾਂ ਗੱਲ ਇਹ ਹੈ ਵੀ ਹੁਣ ਤੁਸੀਂ ਕੋਈ ਵੀ ਸ਼ਰਾਬ ਲੈ ਲਓ ਕੋਈ ਬੀਅਰ ਪੀ ਲਓ ਕੁਛ ਠੀਕ ਹੈ ਉਹ ਸ਼ੁੱਧ ਆਉਂਦੀ ਕਿੱਥੇ ਆ ਸਰ ਕਿਉਂਕਿ ਸਾਡੇ ਦੇਸ਼ ਦੀ ਸਾਡੇ ਮੁਲਕ ਦੀ ਆਬਾਦੀ ਉਹ ਇੰਨੀ ਹੋ ਗਈ ਉਹ ਸ਼ੁੱਧ ਕੁਸਾਉਂਦਾ ਹੀ ਨਹੀਂ ਜਦੋਂ ਪੀਣਾ ਹੀ ਸਾਰਾ ਕੁਝ ਕੈਮੀਕਲ ਆ ਉਹਦੀਆਂ ਚ ਲੱਤਾਂ ਟੁੱਟਣੀਆਂ ਟੁੱਟਣੀਆਂ ਕਿੱਥੇ ਪੁਰਾਣੇ ਸਮੇਂ ਜਿਹੜੇ ਬਜ਼ੁਰਗ ਸੀਗੇ ਉਹ ਘਰ ਦੀ ਸ਼ਰਾਬ ਵਗੈਰਾ ਬਣਾਉਂਦੇ ਸੀਗੇ ਉਹ ਕਿੰਨੇ ਮਸਾਲੇ ਦੇਖੋ ਪਾਉਂਦੇ ਸੀਗੇ ਜਿਹੜੇ ਦੇਸੀ ਆ ਕਿੰਨੀਆਂ ਜੜੀਆਂ ਬੂਟੀਆਂ ਵਾਕੇ ਉਹ ਇੱਕ ਤਾਕਤ ਦਾ ਅਰਕ ਕੱਢਦੇ ਸੀਗੇ ਬਿਲਕੁਲ ਠੀਕ ਹੈ ਹੁਣ ਤਾਂ ਸਾਰਾ ਹੀ ਕੈਮੀਕਲਾਂ ਦਾ ਅਰਕ ਕੱਢਿਆ ਹੋਇਆ ਹੈ ਉਹ ਕੈਮੀਕਲ ਅਪਲਾਈ ਜੰਨੇ ਉਹਦੇ ਨਾਲ ਨੌਜਵਾਨਾਂ ਦੀਆਂ ਲੱਤਾਂ ਟੁੱਟਣੀਆਂ ਸਰੀਰ ਲੀਵਰ ਦੇਖੋ ਹਰੇਕ ਜਿਹੜੇ ਪੀਨੇ ਆ ਸ਼ਰਾਬ ਪੀਨੇ ਆਮ ਉਹ ਹਰੇਕ ਦਾ ਲੀਵਰ ਫਟਿਆ ਆ ਰਿਹਾ ਹਰੇਕ ਦੇ ਹਰੇਕ ਨੂੰ ਲੀਵਰ ਸਰੋਸਿਸ ਹੋ ਰਿਹਾ ਹੈ ਹਰੇਕ ਨੂੰ ਕਾਲਾ ਪੀਲਿਆ ਹੋ ਰਿਹਾ ਹੁਣ ਤੁਸੀਂ ਦੇਖੋ ਇੱਕ ਦੋ ਇਹਦੇ ਸਰੰਜਾਂ ਲਾਈ ਜੰਨੇ ਚਿੱਟੇ ਵਾਲੇ ਮੁੰਡੇ ਤੁਸੀਂ ਕੋਈ ਇਹੋ ਜਿਹਾ ਮੁੰਡਾ ਨਹੀਂ ਕੁੜੀ ਨਹੀਂ ਜਿਹਦੇ ਕਾਲਾ ਪੀਲਿਆ ਨਾ ਹੋਵੇ ਹਰੇਕ ਨੂੰ ਹੈਪਟਾਈਟਸ ਸੀ ਬੀ ਪੋਜ਼ਿਟਿਵ ਆਉਂਦਾ ਹੀ ਆਉਂਦਾ ਐਨਾ ਖਤਮ ਕਹਾਣੀ ਖਤਮ ਹੋਈ ਹੋਈ ਹੈ ਡਾਕਟਰ ਸਾਹਿਬ ਫਿਰ ਜਿਵੇਂ ਨਸ਼ਿਆਂ ਦੀ ਗੱਲ ਕਰੀਏ ਨਾ ਆਪਾਂ ਜਿਵੇਂ ਕਈ ਕਈ ਤਰ੍ਹਾਂ ਫੀਮ ਡੋਡੇ ਵੀ ਹੋਗੇ ਸ਼ਰਾਬ ਵੀ ਹੋਗੇ ਫਿਰ ਕਿੰਨੇ ਕ ਮਨ ਲੋ ਪ੍ਰੋਸੀਜਰ ਕਿੰਨਾ ਕ ਪ੍ਰੋਸੀਜਰ ਆਗਾ ਆਪਣਾ ਮਨ ਲੋ ਕਿੰਨੇ ਕ ਦਿਨਾਂ ਦੇ ਵਿੱਚ ਜਿਹੜਾ ਆਪਾਂ ਹੈ ਨਸ਼ਾ ਛਡਵਾ ਦਿੰਨੇ ਆ ਦੇਖੋ ਜੀ ਡੇਢ ਤੋਂ 2 ਮਹੀਨੇ ਦਾ ਪ੍ਰੋਸੈਸ ਹੈਗਾ ਜਿੰਨਾ ਕ ਵੱਡਾ ਨਸ਼ਾ ਹੈ ਮੰਨ ਲਓ ਚਟਾ ਹੈ ਉਹਦਾ ਡੇਢ 2 ਮਹੀਨੇ ਦਾ ਪ੍ਰੋਸੈਸ ਹੈਗਾ ਪਰ 2 ਡੇਢ ਤੋਂ 2 ਦਿਨ ਦੇ ਵਿੱਚ ਜਿਹੜੀ ਤੋੜ ਲੱਗਣੀ ਅਸੀਂ ਬੰਦ ਕਰ ਦਿੰਨੇ ਆ ਚਾਹੇ ਚਟਾ ਚਾਹੇ ਫੀਮ ਆ ਚਾਹੇ ਜੀਭ ਥੱਲੇ ਵਾਲੀ ਕੋਲੀਏ ਚਾਹੇ ਸ਼ਰਾਬ ਆ ਚਾਹੇ ਕੋਈ ਵੀ ਸਿੰਥੈਟਿਕ ਨਸ਼ਾ ਠੀਕ ਹੈ ਜੀ ਬੰਦਾ ਤਿਆਰ ਹੋਵੇ ਤਾਂ 2 ਤੋਂ 3 ਦਿਨ ਦੇ ਵਿੱਚ ਤੋੜ ਲੱਗਣੀ ਬੰਦ ਹੋ ਰੰਗीन ਬਣ ਦੋ ਦਰਸ਼ਕ ਜੁੜੇ ਨੇ ਵੀਡੀਓ ਦੇ ਨਾਲ ਕਈ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋਣਗੇ ਜਾਂ ਫਿਰ ਕਈ ਕੰਸਲਟ ਕਰਨਾ ਚਾਹੁੰਦੇ ਹੋਣਗੇ ਕੋਈ ਨਸ਼ੇ ਦੇ ਰਿਲੇਟਡ ਜਾਂ ਫਿਰ ਕੋਈ ਨਸ਼ਾ ਕਰਦਾ ਹੋਵੇ ਦਵਾਈ ਲੈਣ ਵੀ ਤੁਹਾਡੇ ਕੋਲੇ ਆਉਣਾ ਚਾਹੁੰਦੇ ਹੋਣਗੇ ਮੈਂ ਚਾਹੁੰਗਾ ਅਖੀਰ ਦੇ ਵਿੱਚ ਆਪਣਾ ਐਡਰੈਸ ਤੇ ਫੋਨ ਨੰਬਰ ਜੁਰ ਦੱਸਿਓ ਸਾਡਾ ਹੈਗਾ ਜੀ ਪੰਗੂ ਹਸਪੀਟਲ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਉੱਤੇ ਵਿੱਚ ਚੰਡੀਗੜ੍ਹ ਲੁਧਿਆਣਾ ਰੋਡ ਦੇ ਉੱਤੇ ਆਹੇ ਸੰਘੋਲ ਊਚਾ ਪਿੰਡ ਕਹਿੰਦੇ ਆ ਇਹਨੂੰ ਸਾਡਾ ਨੰਬਰ ਹੈਗਾ 7009984421 90410118884 ਬਹੁਤ ਬਹੁਤ ਤੁਹਾਨੂੰ ਐਡਰੈਸ ਬ ਸੋ ਦੋਸਤੋ ਅੱਜ ਡਾਕਟਰ ਸਾਹਿਬ ਨਾਲ ਮੁਲਾਕਾਤ ਕਰੀ ਹੈ ਮੁਲਾਕਾਤ ਕਰਕੇ ਇੰਨਾ ਕੁ ਜ਼ਰੂਰ ਜਾਣਨ ਨੂੰ ਮਿਲਿਆ ਕਿ ਜੋ ਵੀ ਨਸ਼ੇ ਚੱਲ ਰਹੇ ਨੇ ਜਾਂ ਫਿਰ ਕਹਦੇ ਇਹ ਜੋ ਵੀ ਸਰਕਾਰੀ ਹਸਪਤਾਲਾਂ ਦੇ ਵਿੱਚ ਫ੍ਰੀ ਗੋਲੀਆਂ ਜਾਂ ਫਿਰ ਕਹਿੰਦੇ ਇੱਕ ਬੜੀ ਪਚੱਲੀ ਤੇ ਕੀਤੀ ਗਈ ਹੈ ਪਿੰਡ ਦੇ ਵਿੱਚ ਕਹਿੰਦੇ ਭਾਈ ਜੇ ਹੋਰ ਕੋਈ ਨਸ਼ਾ ਕਰਨ ਦੀ ਬਜਾਏ ਹਸਪਤਾਲ ਚ ਗੋਲੀ ਲੈ ਆਇਆ ਕਰੋ ਉਹ 100 ਗੁਣਾ ਵਧੀਆ ਪਰ ਅੱਜ ਗੱਲਬਾਤ ਕਰਕੇ ਡਾਕਟਰ ਸਾਹਿਬ ਨੂੰ ਪਤਾ ਲੱਗਿਆ ਕਿ ਜਿਹੜੀ ਉਹ ਗੋਲੀ ਹੈ ਉਹ ਚਿੱਟੇ ਤੋਂ ਵੀ ਜ਼ਿਆਦਾ ਹਾਨੀਕਾਰਕ ਹੈ ਕਿਤੇ ਉਮੀਦ ਇਹੀ ਹੈ ਜਿਹੜੇ ਦਰਸ਼ਕ ਇਸ ਵੀਡੀਓ ਨਾਲ ਜੁੜੇ ਨੇ ਵੀਡੀਓ ਨੂੰ ਪਹਿਲੇ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਗੇ ਤੇ ਉਸ ਤੋਂ ਬਾਅਦ ਨਸ਼ਾ ਲੱਗਿਆ ਹੋਇਆ ਉਸ ਨੂੰ ਇਹ ਵੀਡੀਓ ਦਿਖਾ ਕੇ ਜ਼ਰੂਰ ਪ੍ਰੇਰਿਤ ਕਰਨਗੇ ਸੋ ਉਮੀਦ ਇਹੀ ਹੈ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਅਜਿਹੇ ਮੁੱਦੇ ਚੱਲ ਰਹੇ ਨੇ ਪੰਜਾਬ ਦੇ ਵਿੱਚ ਜਾਂ ਫਿਰ ਕਹਿ ਦਈਏ ਨਸ਼ੇ ਦੇ ਜੋ ਵੀ ਮੁੱਦੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਤੇ ਸਮੇਂ-ਸਮੇਂ ਸਿਰ ਅਸੀਂ ਗੱਲਬਾਤ ਕਰਦੇ ਰਹੀਏ ਉਹ ਤੱਕ ਦੇ ਜੁੜੇ ਰਹੋ ਪੰਜਾਬ نیوز ਨਾਲ ਮੈਨੂੰ ਯਾਨੀ ਕਿ ਹਰਦੀਪ ਸ਼ੇਰਪੰਦੇ ਨੂੰ ਇਜਾਜ਼ਤ ਧੰਨਵਾਦ